सभी भाई तेज है बाबा, बच्चा ये चौकिया मंजूर करे, कारोबार चलते रखे, पटारे मजबूर करे बाबा भाई तेज है बाबा। मेला हर तरह भाई डेढ़ साल एक तो उतावना बया जाता बाबे की कृपा करी कोई लगे थे मनोकामना पूरी कर बाबा जी, कई मेरी बच्चिया ने सोलह सोलह ने कोई चार बार दस जाता वा तो बाबा जी ने हाथ का करना उन्होंने बच्चों की जहर करीर सा बाबा। कई गेर महाराज बच्चे त्रिकाह चो कई बाबे ने मुड़े ऐसी इस नक्षर से बाबा जी की सरवार से इन्नी कृपा तीर सा बाबा दरगाह चो क्या हो भगता ने बोल लेना हुआ इस नगर से कहने कृपा बाबा जी की पाई
देखो मेले के नज़ारे, इनू कहते ने मेले के नज़ारे लैने। किने घूम के कुल्फी खाधी आ दस्यो मैनू कमेंट करके, नाले बुलबुले वेखदे नाले मेले के नज़ारे लेंदे। ਛੋਟੇ ਭਾਈ ਤੁਸੀਂ ਕਿੱਥੋਂ ਆਏ ਹੋ? ਲੋਕਲ ਹੋ ਤੇ ਥੋਤੋਂ ਮੇਲੇ ਦਾ ਇੱਥੇ ਕਿਰਾਇਆ ਤਾਂ ਨਹੀਂ ਕੋਈ ਲੈਂਦੇ? ਇੱਥੇ ਪ੍ਰਸ਼ਾਸਨ ਕੋਈ ਪੈਸੇ ਨਹੀਂ। ਅੱਛਾ, ਫ੍ਰੀ ਆ? ਸਾਡੀ ਹੈਲਪ ਕਰਨੇ ਸੰਗਤ ਜੀ, ਬਹੁਤ ਵੱਡੀ ਗੱਲ ਹੈ ਇਹ। ਪਮਿਆਂ ਦੇ ਮੇਲੇ 'ਤੇ ਖੜ੍ਹੇ ਹਾਂ, ਮੈਂ ਵੈਸੇ ਕਿਸੇ ਕੰਮ ਆਇਆ ਸੀਗਾ, ਕਿਉਂਕਿ ਮੈਨੂੰ ਇੱਥੇ ਜਦੋਂ ਬੰਦੇ ਮਿਲੇ ਨੇ ਕੋਈ ਫਤਿਹਗੜ੍ਹ ਤੋਂ ਕੋਈ ਕਿਤੋਂ, ਭਾਅ ਜੀ ਉਹ ਕਹਿੰਦੇ ਵੀ ਸਾਤੋਂ ਕੋਈ ਪੈਸਾ ਨਹੀਂ ਲੈਂਦੇ ਮੇਲੇ 'ਤੇ, ਇੱਥੇ ਫਰੀ ਫਰੀ ਦੁਕਾਨਦਾਰੀ ਆ। ਤੁਸੀਂ ਸੋਚ ਕੇ ਦੇਖੋ, ਗੁਰੂ ਘਰਾਂ 'ਚ ਐਡੇ ਐਡੇ ਠੇਕੇ ਹੁੰਦੇ ਨੇ, ਗੁਰੂ ਘਰਾਂ 'ਚ ਐਡੇ ਐਡੇ ਠੇਕੇ ਹੁੰਦੇ ਨੇ, ਇਹ ਮੇਲਿਆਂ 'ਤੇ ਕਿਉਂ ਨਹੀਂ ਪੈਸਾ ਕੋਈ ਲੈਂਦਾ? ਕਿਉਂਕਿ ਇੱਥੇ ਗੋਲਖਰੀ ਲੱਗੀ ਹੋਈ। ਇਹਦਾ ਕਮੈਂਟ ਕਰਕੇ ਦੱਸਿਓ ਮੈਨੂੰ ਕੀ ਅਸਰ ਅੱਜ ਲੋੜਵੰਦ ਬੱਚੇ ਦੁਕਾਨਾਂ ਲੱਗੀਆਂ ਹੋਈਆਂ ਨੇ, ਲੋੜਵੰਦ ਵੀਰ ਨੇ ਸਾਡੇ ਸਾਰੇ ਬੈਠੇ ਨੇ, ਇਕੱਲੇ ਇਕੱਲੇ ਗੁਰਦੁਆਰਿਆਂ 'ਚ ਪੈਸੇ ਲੈਂਦੇ ਨੇ, ਕਿਉਂ ਲੈਂਦੇ ਨੇ? ਕਾਰਨ ਉਹਨਾਂ ਨੇ ਠੇਕੇਦਾਰੀ ਸਿਸਟਮ ਬਣਾਤਾ, ਪਰ ਇੱਥੇ ਠੇਕੇਦਾਰੀ ਸਿਸਟਮ ਨਹੀਂ ਹੈਗਾ। ਮੈਂ ਮੁੰਡਿਆਂ ਨਾਲ ਗੱਲ ਕੀਤੀ ਆ, ਬਹੁਤ ਧੰਨਵਾਦ ਛੋਟੇ ਭਾਈ ਤੁਹਾਡਾ, ਬਹੁਤ ਬਹੁਤ ਧੰਨਵਾਦ। ਭਾਈ ਜੀ ਕਿਹੜਾ ਪਿੰਡ ਆਪਣਾ? ਪੱਧੀ ਆ। ਤੁਸੀਂ ਕਿੰਨਾ ਚਿਰ ਤੋਂ ਦੁਕਾਨ ਲਾਉਂਦੇ ਉਰੇ? 15 ਸਾਲ ਤੋਂ। ਥੋਤੋਂ ਕੋਈ ਪੈਸਾ ਤਾਂ ਨਹੀਂ ਲਿੱਤਾ ਜਾਂਦਾ? ਪ੍ਰਬੰਧਕ ਕਮੇਟੀ ਦਾ ਪੂਰਾ ਸਹਿਯੋਗ ਦਿੰਦੀ ਆ, ਪੂਰਾ ਆਨੰਦ ਪਈ ਆ, ਕਿਸੇ ਚੀਜ਼ ਦੀ ਦਿੱਕਤ ਤਾਂ ਨਹੀਂ? ਇਹ ਬਾਈ ਜੀ ਕਹਿੰਦੇ ਨੇ ਵੀ ਕੋਈ ਇੱਥੇ ਪੈਸਾ ਨਹੀਂ ਲਿੱਤਾ ਜਾ ਰਿਹਾ ਕਿਸੇ ਵੀ ਦੁਕਾਨਦਾਰ ਤੋਂ। ਬਹੁਤ ਗੱਡੀ ਗੱਲ ਆ ਬਾਈ ਜੀ, ਠੇਕੇਦਾਰੀ ਸਿਸਟਮ ਤੋਂ ਪਰਾਂ ਹੈ ਮੇਲਾ ਇਹ, ਜਿਹੜਾ ਪਮਿਆਂ ਦਾ ਮੇਲਾ ਦੇਖ ਰਹੇ ਹੋ ਤੁਸੀਂ। ਬਹੁਤ ਵੱਡੀ ਇਹਦੀ ਖਾਸੀਅਤ ਗੱਲ ਆ ਇਹ ਵੀ ਇੱਥੇ ਕਿਸੇ ਦੁਕਾਨਦਾਰ ਤੋਂ ਕੋਈ ਪੈਸਾ ਨਹੀਂ ਲਿੱਤਾ ਜਾਂਦਾ। ਜੇ ਅਗਲੇ ਨੇ ਸਰਦਾ ਨਾ 150 ਦੇਣਾ ਉਹ ਵੱਖਰੀ ਗੱਲ ਆ। ਅੱਜ ਪਮਿਆਂ ਦੇ ਮੇਲੇ 'ਤੇ ਇੱਥੇ 1 ਰੁਪਈਆ ਵੀ ਦੁਕਾਨਦਾਰ ਤੋਂ ਨਹੀਂ ਲੈਂਦੇ। ਕਾਰਨ ਇਹੀ ਕਾਰਨ ਆ ਵੀ ਲੋੜਵੰਦ ਜਿੰਨੇ ਦੁਕਾਨਦਾਰ ਆਉਂਦੇ ਨੇ ਉਹ ਸਾਰੇ ਕੋਈ ਨਾ ਕੋਈ ਗਰੀਬ ਘਰਾਂ ਦੇ ਨੇ, ਕਿਉਂਕਿ ਇਹਨਾਂ ਤੋਂ ਪੈਸਾ ਇਸ ਕਰਕੇ ਨਹੀਂ ਲੈਂਦੇ। ਇਹ ਜਿਹੜੇ ਪ੍ਰਬੰਧਕ ਕਮੇਟੀਆਂ ਨੇ ਬਹੁਤ ਵਧਾਈ ਦੇ ਪਾਤਰ ਨੇ, ਕਿਉਂਕਿ ਇੱਥੇ ਇਹ ਚੀਜ਼ ਦਾ ਜ਼ਰੂਰ ਅਹਿਸਾਸ ਹੁੰਦਾ ਕਿ ਇਸ ਠੇਕੇਦਾਰੀ ਸਿਸਟਮ ਤੋਂ ਮੇਲਾ ਲੈਣ ਪਰੇ ਹੋਣੀ ਚਾਹੀਦੀ ਆ। ਲੋੜਵੰਦ ਇੱਥੇ ਦੁਕਾਨਾਂ ਲੈ ਕੇ ਆਉਂਦੇ ਨੇ, ਕਰਜ਼ਾ ਲੈ ਕੇ ਦੁਕਾਨਾਂ ਲਾਉਂਦੇ ਨੇ, ਉਹਨਾਂ ਦਾ ਕਿਸੇ ਦਾ ਵੀ ਕੋਈ ਨਹੀਂ ਬਣਦਾ। ਪਰ ਇੱਥੇ 2000 ਰੁਪਏ ਗਜ, ਜਿਵੇਂ 1 ਗਜ ਜਾਂ 2.5 ਗਜ ਦਾ 5000 ਰੁਪਏ ਦਾ ਮੇਲਾ ਲੈ ਕੇ ਅਗਲਾ 5000 ਪਹਿਲਾਂ ਉਹਨਾਂ ਨੂੰ ਦਊਗਾ, ਫਿਰ ਜਾ ਕੇ ਦੁਕਾਨ ਲੈ ਕੇ। ਸਰਪੰਚ ਦਾ ਨਾਮ? ਬਾਈ ਜੀ ਸਰਪੰਚ ਦਾ ਨਾਮ ਕੀ ਆ? ਵਰਿੰਦਰ ਸਿੰਘ ਵੀਰੇ। ਅੱਛਾ, ਉਹ ਉਹਨਾਂ ਦੇ ਸਾਰਾ ਸਿਸਟਮ ਮਤਲਬ, ਤੇ ਉਹ ਵਧਾਈ ਦੇ ਪਾਤਰ ਨੇ ਸਰਪੰਚ ਸਰਦਾਰ ਵਰਿੰਦਰ ਸਿੰਘ ਸਰਪੰਚ ਜੀ, ਤੁਸੀਂ ਵਧਾਈ ਦੇ ਪਾਤਰ ਹੋ। ਤੁਹਾਡੇ ਇਹ ਜੋ ਵੀ ਸਿਸਟਮ ਦੇ ਦਾਇਰੇ 'ਚ ਆਉਂਦਾ, ਮੇਲਾ ਦਾਇਰੇ 'ਚ ਆਉਂਦਾ, ਤੁਸੀਂ ਬਹੁਤ ਵਧੀਆ ਲੋੜਵੰਦ ਬੰਦਿਆਂ ਦੀ ਮਦਦ ਕਰਦੇ ਹੋ ਅਤੇ ਤੁਸੀਂ ਵਧਾਈ ਦੇ ਪਾਤਰ ਹੋ। ਕਿਉਂਕਿ ਇਸ ਕਰਕੇ ਨਹੀਂ ਅਸੀਂ ਦਿੰਦੇ ਵੀ ਤੁਹਾਡੇ ਇੱਥੇ ਨਗਰ ਆਏ, ਇਸ ਕਰਕੇ ਦਿੰਦੇ ਹਾਂ ਵੀ ਜਿਹੜੇ ਦੁਕਾਨਦਾਰ ਨੇ ਜਿੰਨੇ ਵੀ ਲੋਕ ਜੁੜੇ ਹੋਏ ਨੇ ਲੋੜਵੰਦ, ਉਹਨਾਂ ਤੋਂ ਤੁਸੀਂ ਪੈਸਾ ਨਹੀਂ ਲੈਂਦੇ, ਗ੍ਰਾਹੀ ਨਹੀਂ ਕਰਦੇ। ਬਹੁਤ ਵਧੀਆ ਗੱਲ ਆ ਬਾਈ ਜੀ। ਇਹ ਕਿੱਥੋਂ ਲੈ ਕੇ ਆਏ ਹੋ ਸਮਾਨ ਤੁਸੀਂ? ਦਿੱਲੀ ਸੇ। ਕਿਆ ਬੋਲਤੇ ਇਸ ਕੋ ਸਮਾਨ ਕੋ ਕਿਆ ਬੋਲਤੇ ਨੇ? ਇਸ ਦਿਵਾਲੀ ਕਾ ਸਜਾਵਟ ਕਾ ਸਮਾਨ ਹੈ? ਇਹ ਦਰਵਾਜ਼ਾ ਵੀ ਲਗਤੇ ਹੈ ਗੇਟ ਪੇ। ਓਕੇ ਓਕੇ, ਇਹ ਸਭ ਦਿਵਾਲੀ ਕਾ ਸਮਾਨ ਹੈ?
आपने मत्था टेक लिया उधर? हाँ जी। जाए कैसा लगा इधर पंजाब का मेला? बहुत बढ़िया। आप कहाँ से रहते हो? हम तो बिहार से हैं मगर। हाँ बिहार से तो है। आप बिहार के मेले में और पंजाब के मेले में क्या अंतर है? बहुत फर्क है जी। बहुत फर्क है। कैसा लगा पंजाब में? बहुत अच्छा लगता है। बढ़िया लगता है। आपको कैसा लगता है? मुझे बहुत बढ़िया लगता है। पंजाब के और बिहार में सांझी भाईचारा चलता है ना? हाँ जी हाँ जी। कोई किसी को दुर्व्यवहार तो नहीं करता? नहीं नहीं। ओके थैंक यू। तो कोई नहीं करता जी, हम तो यही रहते हैं। ओके ओके। 25 साल हो गया।